ਪ੍ਰੋਫਿਟ ਦੀ ਗੇਮ ਤੇ 80% ਹੈਗੀ। 80% ਇੱਕ ਰੁਪਏ ਦੇ ਮਾਲ ਦੇ ਵਿੱਚ ਸਾਨੂੰ 20 ਪੈਸੇ ਗੌਰਮੈਂਟ 20 ਪੈਸੇ ਦਾ ਮਾਲ ਹੁੰਦਾ, 80 ਪੈਸੇ ਸਾਰੇ ਸਾਡੇ ਹੁੰਦੇ। ਅੱਛਾ, 1+1 ਕਰਨ ਡਰ ਗਈ ਸਾਨੂੰ। ਇੰਨੀ ਕਮਾਈ ਕਿਵੇਂ? ਇੰਨੀ ਕਮਾਈ ਐਵੇਂ ਕਿ ਇਹਨਾਂ ਨੇ ਐਤਕੀ ਚਾਲੇ ਚੱਲੀਏ, ਤੁਹਾਨੂੰ 20 ਦਾ ਮਾਲ ਲੈ ਕੇ ਜਿੰਨੇ ਦਾ ਮਰਜ਼ੀ ਵੇਚੋ, ਸਾਨੂੰ ਫਿਕਸ ਇੰਨੇ ਪੈ ਦੇ। ਸਾਡੇ ਤੋਂ ਇਹਨਾਂ 253 ਕਰੋੜ ਲੈ ਲਿਆ। ਠੀਕ, ਜਾਓ ਤੂੰ ਜਿੰਨੇ ਮਰਜ਼ੀ ਦੁਕਾਨਾਂ ਖੋਲੋ, ਜੋ ਮਰਜ਼ੀ ਕਰੋ, 20 ਰੁਪਏ ਦਾ ਮਾਲ ਆਉਂਦਾ। 253 ਕਰੋੜ ਇੱਕ ਬੰਦੇ ਤੋਂ? ਇੱਕ ਬੰਦੇ। ਅੱਛਾ, ਸਾਲ ਦਾ 253 ਨਹੀਂ, ਇਹ ਤਾਂ ਮਿਨੀਮਮ ਸਾਡਾ ਹੈ। ਬਾਕੀਆਂ ਤੋਂ ਭੈਣ ਜੋ 500-500 ਕਰੋੜ ਲਿਆ, ਸਾਡਾ ਤਾਂ ਸਭ ਤੋਂ ਘੱਟ ਹੈਗਾ। ਕਿਉਂ ਗੱਲ ਮੈਂ ਅਸੀਂ 20 ਟੈਂਡਰ ਚ ਭਰੇ ਸੀ, ਸਭ ਤੋਂ ਛੋਟੇ ਅਸੀਂ ਲੈ ਲਏ, ਬਾਕੀ 200 ਟੈਂਡਰ ਬਣੇ, ਉਹਨੂੰ ਮਹਿੰਗੇ ਮਿਲਣ ਲੈਣੇ ਪਏ। ਅਸੀਂ ਜੋ ਟੈਂਡਰ ਭਰੇ ਸੀ ਨਾ, ਕੱਚੀ ਕਲੋਨੀਆਂ ਦਾ ਭਰੇ ਸੀ, ਜਿੱਥੇ ਦੁਕਾਨਾਂ ਸਸਤੀਆਂ ਹੋਣ। ਡਿਫੈਂਸ ਕਲੋਨੀ ਸਭ, ਹੁਣ ਇਹ ਡਿਫੈਂਸ ਵੀ ਮੇਨ ਰੋਡ ਹੈ ਨਾ, ਇਸ ਪਾਸੇ ਡਿਫੈਂਸ ਕਲੋਨੀ ਹੈ, ਉੱਥੇ ਦੁਕਾਨ ਹੈਗੀ 200 ਰੁਪਏ ਫੁੱਟ, ਇਸ ਪਾਸੇ ਕੋਟਲਾ ਉੱਥੇ 90 ਰੁਪਏ ਫੁੱਟ। ਗਾਹਕ ਦੇ ਭੈਣ ਕੋਲ ਸੜਕ ਟੱਪ ਕੇ ਦੂਰ ਚਲੇ ਜਾਂਦਾ, ਪਰ ਉਹ ਟੈਂਡਰ ਲੈਣ ਵਾਲੇ ਦਾ ਬੇੜਾ ਗਰਕ ਹੋ ਗਿਆ। ਅਸੀਂ ਦੁਕਾਨਾਂ ਜਿਹੜੀਆਂ ਲਈਆਂ ਨਾ, ਜਾਣ ਕੇ ਅਸੀਂ ਕੱਚੀ ਕਲੋਨੀ ਦੁਕਾਨਾਂ ਲਈ, ਜਿੱਥੇ ਸਾਨੂੰ ਦੁਕਾਨ ਸਸਤੀ ਮਿਲੇਗੀ, ਲੇਕਿਨ ਸੇਮ ਤਾਂ ਸਸਤੇ ਬ੍ਰਾਂਡ ਹੋਏਗੀ, ਸਸਤੇ ਬ੍ਰਾਂਡ ਦੁਕਾਨ ਮਿਲ ਜਾਂਦੀ। ਮਾਲ 20 ਪੈਸੇ ਦਾ, ਅਸੀਂ 40 ਦੇ 80 ਵੀ, ਕਈ ਲੋਕ 1+1 ਦੇ ਰਹੇ, ਕਈ 2 ਨਾਲ ਹੀ ਦੇ ਰਹੇ, 1+2 ਵੀ ਦੇ ਰਹੇ। ਮੈਂ ਕਿਹਾ 2 ਦੇ ਰਹੇ ਨੇ, ਮਾਲ ਦੇ 20 ਪੈਸੇ ਦਾ ਹੈ। ਪਹਿਲੇ ਇੰਨੀ ਕਮਾਈ ਹੁੰਦੀ ਸੀਗੀ ਸਰ? ਇੰਨੀ ਪੈ ਪਹਿਲੇ 70 ਪਹਿਲੇ 20 ਰੁਪਏ ਦਾ ਮਾਲ ਹੁੰਦਾ ਸੀ, 70 ਰੁਪਏ ਗੌਰਮੈਂਟ ਹੁੰਦੇ, 10 ਪੈਸੇ ਸਾਡੇ ਹੁੰਦੇ ਸੀ। ਅੱਛਾ, ਹੁਣ ਗੌਰਮੈਂਟ ਨੇ ਕੀ ਕੀਤਾ ਹੈਗਾ, 20 ਰੁਪਏ ਦਾ ਮਾਲ ਲਓ, ਜੋ ਮਰਜ਼ੀ ਕਰੋ, ਸਾਨੂੰ ਫਿਕਸ ਕਿੰਨਾ ਦਿੰਦੇ ਹੋ? ਟੋਟਲ ਸੇਲ ਕਿਉਂ ਕਿੰਨਾ ਫਿਕਸ ਕਰ ਲਓ, ਜੋ ਮਰਜ਼ੀ ਸਾਨੂੰ, ਤੁਸੀਂ ਨਾ ਇਹ ਦੁਕਾਨ ਖੋਲ੍ਹੇ ਨਾ, ਸਾਨੂੰ ਮਹੀਨਾ 10 ਲੱਖ ਦੇਣਾ, ਤੁਸੀਂ ਭੈਣ ਚੋ ਜੋ ਮਰਜ਼ੀ ਲਓ, ਜੋ ਮਰਜ਼ੀ ਵੇਚੋ। ਤੁਸੀਂ ਸੋਚੋ, ਲੈਣ ਤੋਂ ਪਹਿਲੇ ਤੁਸੀਂ ਦੇਖ ਲੈਂਦੇ ਨਾ ਇੱਥੇ ਕਿੰਨੀ ਦੀ ਸੇਲ ਹੈਗੀ, ਉਹ ਸਾਨੂੰ ਤੁਸੀਂ ਮੈਨੂੰ ਦੇ ਰਹੇ ਹੋ ਨਾ ਪੈਸੇ, ਸਾਨੂੰ ਪਤਾ ਚੋਰੀ ਕਰ ਰਹੇ, ਹੁਣ ਸਾਡਾ ਰੋਲ ਖਤਮ ਤੁਹਾਡੇ ਨਾਲ, ਜੋ ਮਰਜ਼ੀ ਕਰੋ। ਹੋਰ ਕੁਛ ਨਹੀਂ? ਸਾਲ ਦੀ, ਮਤਲਬ ਸਾਲ ਦੇ ਵਿੱਚ 60 ਕਰੋੜ ਦਾ ਪਹਿਲੇ ਲੈ ਲਿਆ, 60 ਕਰੋੜ ਦਾ ਭੈਣ ਚੋਦ ਇੱਕ ਆਦਮੀ ਨੇ ਦਿੱਤਾ, ਕਿੱਥੋਂ 150 ਕਰੋੜ ਹੋ ਗਿਆ ਕਹਿੰਦੇ, 60 ਕਰੋੜ ਨਹੀਂ ਨਹੀਂ ਉਹ ਸਰਕਾਰ ਕੇ ਖਾਤੇ ਨਹੀਂ, ਉਹ ਦੂਸਰੇ ਵਾਲਾ ਅਮਾਊਂਟ ਕਹਿ ਰਹੇ, ਉਹ ਥੋੜਾ ਬਤਾ ਰਹੇ ਹੋ ਤੁਮ ਅਭੀ, 150 ਕਰੋੜ ਸੀ, ਆਪ ਸਮਝਦਾਰ ਹੋ ਗਏ ਨੇ ਬੜੇ ਕਾਰੋਬਾਰ ਚ, ਕੱਲ ਇਹਨੇ ਗਲਤੀ ਜਿਹੜੀ ਬੜੀ ਕੀਤੀ ਆ, ਜਿਸ ਵਕਤ ਠੇਕੇ ਮਿਲਣ ਲੱਗੇ ਉਸ ਵਕਤ ਜਿਹੜੀ ਬਲੈਕ ਲਿਸਟ ਕੰਪਨੀ ਸੀ ਉਹਨਾਂ ਨੇ ਦੇ ਦਿੱਤੇ। ਹਾਂ ਇਹ ਵੀ ਆਇਆ ਪੇਪਰ ਨਿਊਜ਼ ਚ, ਬਲੈਕ ਲਿਸਟ ਵਾਲੇ ਕੋ ਬੁਲਾ ਕੇ ਦੀ, ਜਦਕਿ ਏਅਰਪੋਰਟ ਦਾ ਠੇਕਾ 250 ਕਰੋੜ ਛੁੱਟਿਆ ਸੀ, 150 ਵਾਲਿਆਂ ਨੇ ਦਿੱਤਾ, ਔਰ ਕਹਿਤਾ 250 ਵਾਲਾ ਜਿਹੜਾ ਬਲੈਕ ਲਿਸਟ ਹੈ। ਆਪਣੇ ਵੱਲੋਂ ਕਮਾਈ ਕਰਾਈ ਹੈ? ਨਹੀਂ ਨਹੀਂ ਆਪਣੇ ਬੰਦੋ ਕੋ ਨਹੀਂ ਜੀ, ਉਹ ਤਾਂ ਉਹ ਬੰਦੇ ਜੋ ਇਨਕੋ ਦੇ ਇਨਕੇ ਵਿਸ਼ਵਾਸ ਪਾਤਰ ਹੋ। ਕੱਲ ਇਹਨੇ ਵੱਡੇ ਵੱਡੇ 4-5 ਬੰਦੇ ਪਕੜ ਲਏ ਸੀਗੇ, ਉਹਨੂੰ ਮੀਟਿੰਗਾਂ ਚ ਉਹਨਾਂ ਨੇ ਕਿਹਾ ਤੁਸੀਂ ਐਵੇਂ ਪਾਲਿਸੀ ਚ ਕੀ ਲਿਖਿਆ ਸੀ, L1 ਉਹਨੂੰ ਦਿਆਂਗੇ ਜਿਹਦੀ ਕਿ 150 ਕਰੋੜ ਦੀ ਆਲਰੇਡੀ ਸੇਲ ਹੋਵੇ, ਤੁਹਾਡੇ ਗਾੜੀ ਕੋ ਟਰੱਕ ਆਇਆ 12% ਪੈਸੇ ਮਿਲ ਗਏ, ਵੈਸੇ ਪਿਆਰ ਨਾਲ ਤੁਸੀਂ ਜੋ ਦੇ ਦੋ, ਸਾਡੇ ਦੇਣ ਤੋਂ ਪਹਿਲੇ ਉਹੀ ਦੇ ਦੇਣਗੇ ਜਿਹੜੇ ਵਿਚੋਲੇ ਹੈਗੇ ਸੀ, ਉਹੀ ਹੋਣਾ ਵਿਚੋਲੇ। ਹੁਣ ਵਿਚੋਲੇ ਅੰਦਰ ਅੰਦਰ ਜੋ ਦਿੱਤਾ ਹੈ, ਤੁਸੀਂ ਤਾਂ ਵਿਚੋਲਿਆਂ ਨੂੰ ਹੀ ਦਿੱਤਾ ਹੋਏਗਾ ਨਾ ਸਰ, ਅਸੀਂ ਵਿਚੋਲਿਆਂ ਨੂੰ ਕਿਉਂ ਦੇਵਾਂਗੇ, ਸਾਡੇ ਜੇ ਸੈਟਲ ਹੋ ਗਈ 6% ਜੋ ਜਦੋਂ ਅਸੀਂ ਆਏਗਾ ਤਾਂ ਉਦੋਂ ਲੈ ਜਾਣੀ ਹੈ।
ਦੇ ਕਿਸੇ ਨੂੰ 6% ਆਸਾਨ ਕੰਮ ਨਾ ਸਮਝੋ ਦੇਣਾ ਹੈ 6% ਦੇਣਾ ਵੀ ਆਸਾਨ ਨਹੀਂ ਸੀਗਾ ਸੁਣ ਲਓ ਅੱਜ ਤੁਹਾਡੇ ਕੋਲ ਮਾਲ ਆਇਆ 100 ਕਰੋੜ ਦਾ ਹੈ ਤੇ 6-12 ਕਰੋੜ ਰੁਪਿਆ ਤੁਹਾਨੂੰ ਕਮਿਸ਼ਨ ਆ ਗਈ 6 ਕਰੋੜ ਕਾਲਾ ਕਰਕੇ ਐਵੇਂ ਦਿਓਗਾ 10 ਛੱਡੋ ਹਾਂ ਉਹੀ ਉਹ ਤਾਂ ਦਿੱਕਤ ਸੀ ਸਰ 6 ਕਰੋੜ ਕਾਲਾ ਕਿਸ ਤਰ੍ਹਾਂ ਕਰੋਗੇ ਉਹ ਤਰੀਕਾ ਤੇ ਦੱਸੋ ਮੈਨੂੰ ਕਾਲਾ ਦੇਣਾ ਕੋਈ ਕਾਰ ਨੋਟ ਨੂੰ ਉਦੇ ਥੋੜੀ ਪੈਣ ਦੇ ਦੇਣਾ ਅੱਛਾ ਜੀ ਬਈ ਇੱਕ ਕੰਪਨੀ ਨੂੰ 2% ਤੋਂ 12% ਕਮਿਸ਼ਨ ਕੀਤੀ ਕਿਸ ਤਰ੍ਹਾਂ ਹੋਵੇ ਡੱਲ ਵਗੈਰਾ ਜਿਹੜਾ ਅਮਨ ਡੱਲ ਵਗੈਰਾ ਨੇ ਦਿੱਲੀ ਤੋਂ ਬਾਅਦ ਪੰਜਾਬ ਵੀ ਲੈ ਲਏ ਜਿਹੜੇ ਪੰਜਾਬ ਠੇਕੇ ਲਏ ਉਹ ਪਿੱਟੇਗਾ ਨੀ ਪੰਜਾਬ ਵਾਲਾ ਜਿਹੜਾ ਸ਼ਰਾਬ ਦਾ ਕੰਮ ਕਰਦਾ ਸੀ ਵੀ ਕੇਜਰੀਵਾਲ ਨੇ ਸਾਰੇ ਠੇਕੇ ਉਹਨੂੰ ਦਿੱਤੇ ABP ਨਿਊਜ਼ ਹਾਂ ਕਰਦਾ ਸੀ ਵੰਦਰ ਸਾਰੇ ਦਿਨ ਉੱਥੇ ਆ ਗਏ ਹਾਂ ਜੀ ਕਿਆ ਹੈ ਜੀ ਕੌਣ ਹੈ ਕਹਾਂ ਹੈ ਜੀ ਕਿਆ ਹੋਇਆ ਜੀ ਬਤਾਓ ਜੀ ਮੈਂ ਕਹਿੰਦਾ ਦੇਖੋ ਜੀ ਮੇਰਾ ਬੇਟਾ ਯਾਦ ਨਹੀਂ ਰਹਿਤਾ 2 ਸਾਲ ਹੋ ਗਏ ਖਾਲੀ ਕਰਕੇ ਜਾ ਚੁੱਕੇ ਹਾਂ ਆਪਕੋ ਇਹ ਬਾਹਰ ਮਰਵਾਸ ਤੋਂ ਲਿਖਾ ਹੈ ਜੀ ਮੈਂ ਕਿਹਾ ਜੀ ਮੈਂ ਦੂਸਰਾ ਚਾਚਾ ਹੂੰ ਮੁਝੇ